ਕਿਸ ਦੀ ਕਰੋਗੇ ਪੂਜਾ? ਪਦ ਨੰਬਰ 22। ਚਾਰ ਵੇਦ ਬ੍ਰਹਮੇ ਆਈ ਹਾਰ, ਥਿਰ ਕੋਈ ਰਹਿਣ ਨਾ ਪਾਈਆ, ਚਾਰੇ ਬਾਣੀ ਕਰੇ ਪੁਕਾਰ, ਉੱਚੀ ਕੂਕ ਕੂਕ ਸੁਣਾਈਆ, ਹਰ ਕਾ ਮੰਦਰ ਅਪਰ ਅਪਾਰ, ਦਿਸ ਕਿਸੇ ਨਾ ਆਈਆ, ਲੱਖ 84 ਇੱਟਾਂ ਪੱਥਰਾਂ ਅੱਗੇ ਕਰੇ ਪੁਕਾਰ, ਨਿਰਗੁਣ ਇਸ਼ਟ ਨਾ ਕੋਈ ਮਨਾਈਆ, ਗ੍ਰੰਥੀ ਪੰਥੀ ਹੋਏ ਬਿਹਾਲ, ਗੋਬਿੰਦ ਨਜ਼ਰ ਕਿਸੇ ਨਾ ਆਈਆ, ਚਾਰ ਯਾਰੀ ਤੇਰਾ ਸੱਜਣ ਸੁਹੇਲਾ, ਇੱਕ ਇਕੱਲਾ ਮਾਹੀਆ, ਮੁਹੰਮਦ ਮੰਗਿਆ ਅੰਤਮ ਵੇਲਾ, ਏਕਾ ਮੰਗ ਮੰਗਾਈਆ, 14 ਤਬਕ ਹੋਏ ਵੇਲਾ, ਸਦੀ 14ਵੀਂ ਨਾਲ ਰਲਾਈਆ, ਅਚਰਜ ਖੇਲ ਪਾਰ ਬ੍ਰਹਮ ਪ੍ਰਭ ਖੇਲਾ, ਅਮਾਮ ਅਮਾਮਾ ਰੂਪ ਵਟਾਈਆ, ਜੋਤੀ ਜੋ ਸਰੂਪ ਹਰ, ਆਪ ਆਪਣੀ ਕਿਰਪਾ ਕਰ, ਚਾਰ ਚਾਰ ਆਪ ਸਲਾਹੀਆ, ਚਾਰ ਸਲਾਹੇ ਸਲਾਵਣ ਯੋਗ, ਜੁਗਤੀ ਆਪਣੇ ਹੱਥ ਰਖਾਈਆ। ਗ੍ਰੰਥ ਨੰਬਰ 10, 764 ਪੇਜ। ਕਿਸ ਦੀ ਕਰੋਗੇ ਪੂਜਾ? ਪਦ ਨੰਬਰ 22। ਸੰਮਤ 19 ਨੇੜੇ ਆਉਣਾ, ਪਾਂਧੀ ਪੰਧ ਮੁਕਾਈਆ, ਆਪਣਾ ਕੀਤਾ ਆਪੇ ਪਾਉਣਾ, ਦੂਸਰ ਭਾਰ ਨਾ ਕੋਈ ਉਠਾਈਆ, ਜਿਸ ਨੇ ਕਿਹਾ ਮੁਹੰਮਦ ਗਾਉਣਾ, ਤਿਸ ਜਹਿਮਤ ਦੇ ਵਖਾਈਆ, ਜਿਸ ਨੇ ਕਿਹਾ ਈਸਾ ਮੂਸਾ ਸੰਗ ਨਿਭਾਉਣਾ, ਤਿਸ ਹਿੱਸਾ ਰਿਹਾ ਮੁਕਾਈਆ, ਜਿਸ ਨੇ ਕਿਹਾ ਕ੍ਰਿਸ਼ਨ ਧਿਆਉਣਾ, ਤਿਸ ਤਰਲੋਕੀ ਗੇੜਾ ਗੇੜੇ ਵਿੱਚ ਪਵਾਈਆ, ਜਿਸ ਨੇ ਕਿਹਾ ਰਾਮ ਦਸ਼ਰਥ ਬੇਟਾ ਇੱਕ ਧਿਆਉਣਾ, ਤਿਸ ਜੂਨੀ ਜੂਨ ਪਵਾਈਆ, ਜਿਸ ਨੇ ਕਿਹਾ ਰਾਮ ਰਮਈਆ ਏਕਾ ਪਾਉਣਾ, ਸੋ ਲੱਖ 84 ਪਾਰ ਕਰਾਈਆ, ਜਿਸ ਨੇ ਕਿਹਾ ਨਾਨਕ ਗੋਬਿੰਦ ਗੁਰੂ ਧਿਆਉਣਾ, ਤਿਸ ਦੇਵੇ ਫੜ ਸਜਾਈਆ, ਗੋਬਿੰਦ ਕਹਿ ਪੁਰਖ ਅਕਾਲ ਇੱਕ ਮਨਾਉਣਾ, ਦੂਸਰ ਓਟ ਨਾ ਕੋਈ ਤਕਾਈਆ, ਸੰਮਤ 19 ਨੇੜੇ ਆਉਣਾ, ਸਭ ਨੂੰ ਫੜ ਫੜ ਦੇ ਸਜਾਈਆ, ਜੋਤੀ ਜੋ ਸਰੂਪ ਹਰ, ਆਪ ਆਪਣੀ ਕਿਰਪਾ ਕਰ, ਭਾਣਾ ਆਪਣੇ ਹੱਥ ਰਖਾਈਆ। ਗ੍ਰੰਥ ਨੰਬਰ 10, 815 ਪੇਜ। ਕਿਸ ਦੀ ਕਰੋਗੇ ਪੂਜਾ? ਪਦ ਨੰਬਰ 24। ਹਰ ਸੰਗਤ ਜੇ ਕਹਿਣਾ ਕਹੇ, ਗੁਰ ਸਤਿਗੁਰ ਮੰਗ ਮੰਗਾਏਂਦਾ, ਦਰ ਆਇਆ ਜੋ ਲੈਣਾ ਲੈਣਾ ਲਏ, ਅਨਮੁੱਲੜੀ ਦਾਤ ਝੋਲੀ ਪਾਏਂਦਾ, ਹਰ ਸ਼ਰਨਾਈ ਜਿਸ ਬਹਿਣਾ ਜਾਏ ਬਹਿ, ਸੱਚ ਸੰਘਾਸਣ ਇੱਕ ਵਿਖਾਏਂਦਾ, ਨਾਤਾ ਤੋੜੇ ਤ੍ਰੈ ਗੁਣ ਤ੍ਰੈ, ਨਾਤਾ ਤੋੜੇ ਤ੍ਰੈ ਗੁਣ ਤ੍ਰੈ, ਤ੍ਰੈ ਗੁਣ ਅਤੀਤਾ ਆਪਣੇ ਰੰਗ ਰੰਗਾਏਂਦਾ, ਲੇਖਾ ਚੁੱਕੇ ਤੂੰ ਮੈਂ, ਪਾਰ ਬ੍ਰਹਮ ਪ੍ਰਭ ਇੱਕੋ ਨਜ਼ਰੀ ਆਏਂਦਾ, ਅੰਮ੍ਰਿਤ ਧਾਰ ਵਹਾਏ ਸਾਚੀ ਨੈ, ਚਿਰਨਾ ਨਿੱਜਰ ਇੱਕ ਚਰਾਏਂਦਾ, ਮਨ ਮਤ ਮਰੇ ਨਾ ਖਹਿ ਖਹਿ, ਗੁਰਮਤ ਇੱਕੋ ਇੱਕ ਦਰੜਾਏਂਦਾ, ਕਲਯੁਗ ਝੂਠਾ ਬੁਰਜ ਜਾਣਾ ਢਹਿ, ਥਿਰ ਨਜ਼ਰ ਕੋਈ ਨਾ ਆਏਂਦਾ, ਲੱਖ 84 ਜਾਣਾ ਗਹਿ, ਬਣ ਕਰਸਾਣਾ ਆਪਣੀ ਕਾਰ ਕਮਾਏਂਦਾ, ਪੁਰਖ ਅਕਾਲ ਦੀਨ ਦਿਆਲ ਦੀ ਇੱਕੋ ਹੋਣੀ ਜੈ, ਗੋਬਿੰਦ ਸੂਰਾ ਫਤਿਹ ਡੰਕਾ ਇੱਕ ਵਜਾਏਂਦਾ, ਜੋਤੀ ਜੋ ਸਰੂਪ ਹਰ, ਆਪ ਆਪਣੀ ਕਿਰਪਾ ਕਰ, 20ਵੀਂ ਸਦੀ ਸਭ ਨੂੰ ਆਪ ਉਠਾਏਂਦਾ। ਗ੍ਰੰਥ ਨੰਬਰ 14,
181 पेज। किसकी करोगे पूजा? पद नंबर 25। नानक सतगुर कह के गया महाबली उतरे अवतार, मात पित ना कोई बनाइया, मुहम्मद कह के गया आए इमाम यार, यारी यारा नाल नभाइया, ईसा कहे मेरा पिता फेर मारे परवरदगार, ईसा कहे मेरा पिता फेरा मारे परवरदगार, बेपरवा सच्चा शैन शाहिया, मूसा कहे जिसदा जलवा तक के डिग्गा मूँह दे पार, अंतम फड़ के बाहों ले उठाइया, वेद व्यासा लिख के गया अपार, पूत सपूता ब्राह्मण गौड़ा, उच्चा टिल्ला पर्वत दे सुहाइया, पुरख अकाल दीन दयाल कहे मेरी किसे ना पाई सार, थोड़े थोड़े इशारे गया जनाइया, कलयुग अंतम एक अकला आवे अपनी वार, वार्ता सब दी वेख वखाइया, कागद कलम शाही ना लिखण हार, कातब रोवण जारो जार, त्वारब करे बेपरवाहिया, सतयुग त्रेता द्वापर कलयुग तेरी आदत, दीन मजब जात पात, युग चौंकड़ी दती बगाड़, मन मत कूड़ा रा चलाइया, अगे इको अबादत दसे निरंकार, सखावत अपनी चोली पाइया, उल्फत करे सर्ब संसार, गफलत कोई रहन ना पाइया, महफल ला के गुर अवतार, पीर पैगंबर नगमा नाम सुनाइया, इको शमा हुए उजियार, दीपक दिया डग मंगाइया, दूसर कोई ना करे नमस्कार, बिन पुरख अकाल सीस ना कोई चुकाइया, वैदा कीता गुर अवतार, सतयुग त्रेता द्वापर कलयुग वंड वंडाइया, परमे भुले ना कोई संसार, परम भुलेखे विच हर जू कदे ना आइया, लिखिया पढ़िया एक करनी विचार, बिन लेखा लिखिया नजर किसे ना आइया, हर का लेखा सदा लिखण पढ़न तो बाहर, अल्फ जे हद ना कोई वंडाइया, निक्की निक्की पीर पैगंबरा नाल करदा रहा गुफ्तार, गुफत अपना रा जनाइया, जे कोई अगां हो के वेखे दिसे परवरदगार, नूर नुराना नजर किसे ना आइया, इको सतगुर नानक पुरख अविनाशी, अपने चरण दे वखाल, सचखंड द्वारे दत्ती वडियाइया, कबीर जुलाहे प्रीति बजी नाल, श्री भगवान आप निभाइया। ग्रंथ नंबर 14, 184 पेज।